ਲੁਟੇਰਿਆਂ ਦੇ ਵੱਲੋਂ ਸ਼ਰਾਬ ਦੇ ਠੇਕੇ ਤੇ ਲੁੱਟ ਕੀਤੀ ਗਈ। ਪਿਸਤੌਲ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਚਾਰ ਲੁਟੇਰੇ, ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਕੋਲ ਪਿਸਤੌਲ ਨੇ, ਕਰਿੰਦੇ ਤੇ ਇਹਨਾਂ ਨੇ ਪਿਸਤੌਲ ਤਾਣੀ। ਇੱਕ ਲੁਟੇਰਾ ਅੰਦਰ ਜਾ ਕੇ ਪੈਸਿਆਂ ਦੇ ਨਾਲ ਭਰੀਆਂ ਹੋਈਆਂ ਗੱਤੇ ਦੀਆਂ ਪੇਟੀਆਂ ਚੁੱਕ ਲਿਆਉਂਦਾ, ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਕੁਝ ਹੀ ਸੈਕਿੰਡਾਂ ਦੇ ਵਿੱਚ ਇਹਨਾਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੂਰੇ ਦਿਨ ਦਾ ਇੱਥੇ ਕੈਸ਼ ਰੱਖਿਆ ਹੋਇਆ ਸੀ ਇਹਨਾਂ ਗੱਤੇ ਦੀਆਂ ਪੇਟੀਆਂ ਦੇ ਵਿੱਚ, ਤਾਂ ਕੁਝ ਦੇ ਮੂੰਹ ਲੁਕੋਏ ਹੋਏ ਸੀ ਜਿਨ੍ਹਾਂ ਨੇ ਆ ਕੇ ਕਰਿੰਦੇ ਤੇ ਪਿਸਤੌਲ ਤਾਣ ਲਈ। ਔਰ ਬਾਹਰ ਤੋਂ ਆਇਆ ਇੱਕ ਲੁਟੇਰਾ ਅੰਦਰ ਵੜਿਆ, ਜਿਸਨੇ ਪੈਸਿਆਂ ਸਮੇਤ ਗੱਤੇ ਦੀਆਂ ਪੇਟੀਆਂ ਚੁੱਕ ਲਈਆਂ ਔਰ ਇਹ ਇੱਥੋਂ ਫਰਾਰ ਹੋਏ ਨੇ। ਮੋਹਾਲੀ ਦੇ ਡੇਰਾ ਬਸੀ ਬਰਵਾਲਾ ਰੋਡ ਤੇ ਪਿੰਡ ਕੂੜਾ ਵਾਲਾ ਦੀ ਇਹ ਘਟਨਾ ਹੈ। 12 ਵਜੇ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਹਾਲਾਂਕਿ 2-3 ਦਿਨ ਪਹਿਲਾਂ ਦੀ ਇਹ ਘਟਨਾ ਹੈ, ਪਰ ਪੁਲਿਸ ਦੇ ਵੱਲੋਂ ਹੁਣ ਕਿਤੇ ਜਾ ਕੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਤਾਂ ਲੁਟੇਰਿਆਂ ਦੇ ਵੱਲੋਂ ਇੱਕ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ। ਬੜੇ ਹੀ ਸੌਖੇ ਅਤੇ ਬੇਖੌਫ ਹੋ ਕੇ ਇਹਨਾਂ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਰਿੰਦੇ ਤੇ ਇਹਨਾਂ ਨੇ ਪਿਸਤੌਲ ਤਾਣੀ। ਚਾਰ ਲੁਟੇਰੇ ਸੀ, ਇੱਕ ਲੁਟੇਰਾ ਪੈਸਿਆਂ ਦੇ ਨਾਲ ਭਰੀਆਂ ਹੋਈਆਂ ਗੱਤੇ ਦੀਆਂ ਪੇਟੀਆਂ ਚੁੱਕ ਕੇ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਸੋ ਸ਼ਰਾਬ ਦੇ ਠੇਕੇ ਤੇ ਰਾਤ ਵੇਲੇ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ। ਪਿਸਤੌਲ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਚਾਰ ਲੁਟੇਰੇ, ਜਿਨ੍ਹਾਂ ਦੇ ਵਿੱਚੋਂ 3 ਦੇ ਕੋਲ ਪਿਸਤੌਲ ਨੇ, ਕਰਿੰਦੇ ਤੇ ਇਹਨਾਂ ਨੇ ਪਿਸਤੌਲ ਤਾਣੀ। ਇੱਕ ਲੁਟੇਰਾ ਅੰਦਰ ਜਾ ਕੇ ਪੈਸਿਆਂ ਦੇ ਨਾਲ ਭਰੀਆਂ ਹੋਈਆਂ ਗੱਤੇ ਦੀਆਂ ਪੇਟੀਆਂ ਚੁੱਕ ਲਿਆਉਂਦਾ, ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਕੁਝ ਹੀ ਸੈਕਿੰਡਾਂ ਦੇ ਵਿੱਚ ਇਹਨਾਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੂਰੇ ਦਿਨ ਦਾ ਇੱਥੇ ਕੈਸ਼ ਰੱਖਿਆ ਹੋਇਆ ਸੀ ਇਹਨਾਂ ਗੱਤੇ ਦੀਆਂ ਪੇਟੀਆਂ ਦੇ ਵਿੱਚ, ਤਾਂ ਕੁਝ ਦੇ ਮੂੰਹ ਲੁਕੋਏ ਹੋਏ ਸੀ ਜਿਨ੍ਹਾਂ ਨੇ ਆ ਕੇ ਕਰਿੰਦੇ ਤੇ ਪਿਸਤੌਲ ਤਾਣ ਲਈ। ਔਰ ਬਾਹਰ ਤੋਂ ਆਇਆ ਇੱਕ ਲੁਟੇਰਾ ਅੰਦਰ ਵੜਿਆ, ਜਿਸਨੇ ਪੈਸਿਆਂ ਸਮੇਤ ਗੱਤੇ ਦੀਆਂ ਪੇਟੀਆਂ ਚੁੱਕ ਲਈਆਂ ਔਰ ਇਹ ਇੱਥੋਂ ਫਰਾਰ ਹੋਏ ਨੇ। ਮੋਹਾਲੀ ਦੇ ਡੇਰਾ ਬਸੀ ਬਰਵਾਲਾ ਰੋਡ ਤੇ ਪਿੰਡ ਕੂੜਾ ਵਾਲਾ ਦੀ ਇਹ ਘਟਨਾ ਹੈ। 12 ਵਜੇ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਹਾਲਾਂਕਿ 2-3 ਦਿਨ ਪਹਿਲਾਂ ਦੀ ਇਹ ਘਟਨਾ ਹੈ, ਪਰ ਪੁਲਿਸ ਦੇ ਵੱਲੋਂ ਹੁਣ ਕਿਤੇ ਜਾ ਕੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਤਾਂ ਲੁਟੇਰਿਆਂ ਦੇ ਵੱਲੋਂ ਇੱਕ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ। ਬੜੇ ਹੀ ਸੌਖੇ ਅਤੇ ਬੇਖੌਫ ਹੋ ਕੇ ਇਹਨਾਂ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਰਿੰਦੇ ਤੇ ਇਹਨਾਂ ਨੇ ਪਿਸਤੌਲ ਤਾਣੀ। ਚਾਰ ਲੁਟੇਰੇ ਸੀ, ਇੱਕ ਲੁਟੇਰਾ ਪੈਸਿਆਂ ਦੇ ਨਾਲ ਭਰੀਆਂ ਹੋਈਆਂ ਗੱਤੇ ਦੀਆਂ ਪੇਟੀਆਂ ਚੁੱਕ ਕੇ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਸੋ ਸ਼ਰਾਬ ਦੇ ਠੇਕੇ ਤੇ ਰਾਤ ਵੇਲੇ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ।